Hi guys, Sashikal, welcome back to our channel Punjabi Reactions. ते आज आप एक और नवी वीडियो लेके आ गए हैं। ते ओ नवी वीडियो है और ओ नवी वीडियो सिद्धू मूसे वाले दे छोटे जे इधे वर्गे नहीं ये नहीं इधे वर्गे एक छोटे जे फैन दी बहुत वड्डा पाकिस्तान तो फैन है ना पाकिस्तान तो फैन है और ये वीडियो जी देर पहला पंजाबी लहर जरा चैनल आर अपलोड की थी सी, बहुत क्यूट जहा बच्चा आ सिद्धू मूसेवाले का फैन आप दिखाने सीरत न क्योंकि सीरत भी सिद्धू मूसेवाले की बहुत 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 ज़्यादा वड्डी आप करते हैं स्टार्ट वीडियो फिर देखते हैं जी मैं तुहाडा इन्ना को फैन हां मेरे दो दिल एक दे विच मेरे मां-बाप ते एक दे विच दूसरे वाला सब तो ज्यादा अच्छा ना मेनू सिद्धू मूसे लगदा है हौ गालियां ने रातां रातां च हनेरा हनेरियां च गड्डी ते गड्डी च यार तेरा बिल्लो स्कूल आला ते नहीं तां पर मैं स्कूल आऊं बड़ा तां मैं थानू पिंड मूसे दी सैर करावांगा रोटी शवारमा फिंगर बर्गर पिज़्ज़ा बिरयानी पुलाव लस्सी सिद्धू मूसे पाकिस्तान मेरे कोल मिलना लिमोज़ीन दे विच बैठ के जावांगा गाजियां बाजियां दे नाल हार पावांगा पैसियां दा हजार दा सौ डॉलर दा हार पावांगा तेरा नाम की है मेरा पंजाबी दे विच तुसीं मैनूं बुलाना चाहुंदे हो ते मेरा नाम है केर सिंह केर सिंह और तेरे पापा दा की नाम मेरे पापा दा नाम असल ते वे क्लीमुला और नकल नकल नहीं नकल नहीं ओ पंजाबी वाला नाम पंजाबी वाला नाम केड़ा दयाल सिंह सी ते उन्होंने मेरा नाम पाया केर सिंह तेरा नाम पाया तेरा वैसे इथे तू कागजा दे विच केड़ा नाम लिखदा हमजा तेरे दोए नाम बहुत सोहने है तीनों ही तीसरा केड़ा आफताब तीनों ही नाम बहुत सोहने तू हैगा भी आफताब वर्गा तेरा नाम केर सिंह क्यों रखिया तेरे घर वाले पापा ने रखिया पापा नु सिख बड़े पसंद ने ता करके तेरा नाम केर सिंह रखिया ते तू इनु की समझदा है कि यार मेरा नाम केर सिंह है तू राजी है इस गल ते मेनू बड़ा फखर हुंदा कि मैं केर सिंह लोग मेनू बुलांदे ने अच्छा वेरी गुड ना फरदा केड़ा पिंड है तेरा उथे साडा उथे जिला जलंधर है ते डाला परिवार ਅਸਲ ਕੁਛ ਤੇ ਰਹਿੰਦੇ ਸੀ ਫਿਰ ਕੀ ਹੋਇਆ ਜਦੋਂ ਆ ਜਾੜੇ ਪਏ ਉਦੋਂ ਬਸ ਕੰਮ ਖਰਾਬ ਹੋ ਗਿਆ ਕੰਮ ਖਰਾਬ ਅੱਛਾ ਤੇ ਉਜਾੜੇ 'ਚ ਕੋਈ ਨੁਕਸਾਨ ਤੇ ਨਹੀਂ ਹੋਇਆ ਕੋਈ ਮੰਮੀ ਪਾਪਾ ਨੇ ਦੱਸਿਆ ਕਿ ਨਹੀਂ ਨੁਕਸਾਨ ਤਾਂ ਕਿ ਇੰਨੇ ਖੂਨ ਖਰਾਬੇ ਹੋਏ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਤਾਂ ਨਹੀਂ ਚਾਹੀਦਾ ਪਰ ਹੋ ਗਿਆ ਮਾੜਾ ਹੋਇਆ ਨਾ ਤੇ ਹੁਣ ਕੀ ਤੂੰ ਕੀ ਸੋਚਦਾ ਹੈ ਕਿ ਦੋਵਾਂ ਮੁਲਕਾਂ ਨੂੰ ਐਂ ਲੜਨਾ ਚਾਹੀਦਾ ਕਿ ਨਹੀਂ ਬਿਲਕੁਲ ਨਹੀਂ ਲੜਨਾ ਚਾਹੀਦਾ ਭੜਾ ਬਣ ਕੇ ਰਹਿਣਾ ਚਾਹੀਦਾ ਤੇ ਤੇਰਾ ਕੀ ਖਿਆਲ ਹੈ ਜਦੋਂ ਤੂੰ ਵੱਡਾ ਹੋਏਗਾ ਨਹੀਂ ਵੱਡਾ ਤੇ ਵੈਸੇ ਤੂੰ ਹੈਗਾ ਜਿੱਦਾਂ ਮੈਂ ਤੇਰੀ ਗੱਲਾਂ ਸੁਣ ਰਿਹਾ ਤੇ ਤੂੰ ਉੱਥੇ ਚੱਕਰ ਲਾਏਗਾ ਮਨਸੂਰਪੁਰ ਵਡਾਲਾ ਜਲੰਧਰ ਜਾਏਗਾ ਕਿ ਨਹੀਂ ਜੀ ਮੈਨੂੰ ਤੁਸੀਂ ਮੈਂ ਤਾਂ ਕਹਿੰਦਾ ਮੈਨੂੰ ਉੱਡ ਕੇ ਹੀ ਲੈ ਜਾਓ ਮੈਨੂੰ ਮੈਨੂੰ ਨਾ ਕੋਈ ਉੱਥੇ ਨਾ ਖਿੱਚ ਕੇ ਲੈ ਖਿੱਚ ਕੇ ਲੈ ਫਿਰ ਵਾਪਸ ਆਏਗਾ ਜਾਂ ਉੱਥੇ ਹੀ ਰਹੇਗਾ ਮੈਂ ਉੱਥੇ ਮਹੀਨਾ ਘੜਾਵਾਂਗਾ ਮਹੀਨਾ ਕਰਾਂਗਾ ਅੱਛਾ ਤੈਨੂੰ ਚੜ੍ਹਦੇ ਪਾਸੇ ਵਾਲਾ ਕਿਹੜਾ ਸਿੰਗਰ ਚੰਗਾ ਲੱਗਦਾ ਹੈ ਮੈਨੂੰ ਉੱਥੇ ਤੇ ਚੜ੍ਹਦੇ ਪਾਸੇ ਨੂੰ ਪਾਕਿਸਤਾਨ ਦੇ ਇੰਡੀਆ ਦੇ ਅਮਰੀਕਾ ਦੇ ਸਾਰੇ ਪੂਰੀ ਦੁਨੀਆ ਦੇ ਸਿੰਗਰਾਂ ਤੋਂ ਸਭ ਤੋਂ ਜ਼ਿਆਦਾ ਅੱਛਾ ਨਾ ਮੈਨੂੰ ਸਿੱਧੂ ਮੂਸੇ ਲੱਗਦਾ ਹੈ ਲੈ ਸਿੱਧੂ ਮੂਸੇ ਵਾਲ ਨੂੰ ਲਾਈਕ ਕਰਦਾ ਉਹ ਤਾਂ ਕੋਈ ਗਾਣਾ ਗੁਣਾ ਵੀ ਆਂਦਾ ਹੈ ਗਾਣਾ ਜੀ ਜਿੰਨੇ ਮਰਜ਼ੀ ਤੁਸੀਂ ਸੁਣਾ ਇੱਕ ਸੁਣਾ ਯਾਰ ਗਾਣਾ ਤੇ ਕੋਈ ਸੁਣਾ ਦੇ ਹਉ ਕਾਲੀਆਂ ਨੇ ਰਾਤਾਂ ਰਾਤਾਂ 'ਚ ਹਨੇਰਾ ਹਨੇਰੀਆਂ 'ਚ ਗੱਡੀ ਤੇ ਗੱਡੀ 'ਚ ਯਾਰ ਤੇਰਾ ਬਿੱਲੋ ਗੱਡੀ 'ਚ ਯਾਰ ਤੇਰਾ ਬਿੱਲੋ ਜਾਂਦਾ ਛੁੱਕਦਾ ਓ ਚੁੱਪ ਕਰ ਅੱਛਾ ਸਿੱਧੂ ਮੂਸੇ ਵਾਲ ਨੂੰ ਮਿਲਣਾ ਚਾਹੁੰਦਾ
ਜੀ ਮੈਂ ਅਗਰ ਇੰਟਰਵਿਊ ਦਿੱਤਾ ਨਾ ਹਾਂ ਹਾਂ ਇਹ ਦੂਜਾ ਹਿੱਸਾ ਮੇਰਾ ਸਿੱਧੂ ਮੂਸੇਵਾਲਾ ਹੈ ਉਹ ਦੂਜਾ ਹਿੱਸਾ ਤੇਰਾ ਸਿੱਧੂ ਮੂਸੇਵਾਲਾ ਹਾਂ ਜੀ ਉਹਨੂੰ ਮਿਲਣ ਜਾਣਾ ਜੀ ਤੁਸੀਂ ਨਾ ਮੈਨੂੰ ਬਸ ਆ ਟਿਕਟ ਦੇ ਪੈਸੇ ਸਭ ਕੁਝ ਮੈਂ ਦੇਣਾ ਬਸ ਨਾ ਤੁਸੀਂ ਮੈਨੂੰ ਨਾ ਉਹਦਾ ਟਿਕਾਣਾ ਦੱਸ ਦਿਓ ਮੈਂ ਸਿੱਧੂ ਮੂਸੇਵਾਲੇ ਕੋਲ ਪਹੁੰਚ ਜਾਏਗਾ ਹਾਂ ਤੁਸੀਂ ਲੈ ਜਾਓ ਸਤਿ ਸ਼੍ਰੀ ਅਕਾਲ ਮੇਰਾ ਫੇਵਰਟ ਸਿੰਗਰ ਤੁਸੀਂ ਹੋ ਕੌਣ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਠੀਕ ਹੈ ਤੇ ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਮੈਂ ਮੈਨੂੰ ਬੜੀ ਖੁਸ਼ੀ ਹੋਏਗੀ ਜੇ ਮੈਂ ਤੁਹਾਡੇ ਨਾਲ ਮਿਲਾਂਗਾ ਮੈਂ ਤੁਹਾਡੇ ਸੌਂਗ ਤੁਹਾਡੇ ਕੋਲ ਬੈ ਕੇ ਸੁਣਨਾ ਚਾਹੁੰਦਾ ਵਾਂ ਜਿਹੜੇ ਮੈਂ ਲੈਪਟੋਪ ਤੇ ਮੋਬਾਈਲ ਤੇ ਵੇਖੇ ਨੇ ਉਹਨਾਂ ਮੈਨੂੰ ਤੂੰ ਫੈਨ ਹੈ ਉਹਦਾ ਜੀ ਬਿਲਕੁਲ ਫੈਨ ਆ ਜਿਹੜੇ ਮੇਰੇ ਸਿੰਗਰ ਸਿੱਧੂ ਮੂਸੇਵਾਲੇ ਨੇ ਨਾ ਉਹਨਾਂ ਨਾਲ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਗਾਣੇ ਤੁਸੀਂ ਗਾਉਂਦੇ ਹੋ ਇਹਨਾਂ ਵਿੱਚ ਥੋੜ੍ਹੇ ਥੋੜ੍ਹੇ ਤੁਸੀਂ ਲਫ਼ਜ਼ ਇੰਨੇ ਪਿਆਰੇ ਗਾ ਦਿੰਦੇ ਹੋ ਕਿ ਬੰਦੇ ਦਾ ਦਿਲ ਜੇ ਟੁੱਟਿਆ ਵੀ ਹੋਵੇ ਨਾ ਤੇ ਉਹ ਜੁੜ ਜਾਵੇ ਪਾਕਿਸਤਾਨ ਨਾਓ ਮੈਂ ਤੁਹਾਡੇ ਵਾਸਤੇ ਟਿੱਕਾ ਬੋਟੀ ਸ਼ਵਾਰਮਾ ਸਿੰਗਲ ਬਰਗਰ ਪੀਜ਼ਾ ਸ਼ਾਮਿਆ ਬਿਆਨੀ ਪਲਾਉ ਲੱਸੀ ਸ਼ੱਕਰ ਲੱਡੂ ਗੋੜ ਪੇੜੇ ਮਠਿਆਈ ਬਰਫੀ ਸ਼ੱਕਰ ਤੁਹਾਡੇ ਵਾਸਤੇ ਇਥੋਂ ਮੋਟੀ ਚੂੜ ਦਾ ਲੱਡੂ ਮੈਂ ਤੁਹਾਡੇ ਵਾਸਤੇ ਲੈਵਾਂਗਾ ਜੇ ਤੁਸੀਂ ਮੇਰੇ ਪਾਕਿਸਤਾਨ ਮੇਰੇ ਕੋਲ ਮਿਲਣਾ ਤੇ ਮੈਂ ਤੁਹਾਨੂੰ ਆਪਣਾ ਪਤਾ ਦੱਸ ਦਿੰਦਾ ਵਤਨ ਮੇਰਾ ਪਾਕਿਸਤਾਨ ਤੁਹਾਡੇ ਜਿਹੜਾ ਜ਼ਿਲ੍ਹਾ ਗੁਜਰਾਂਵਾਲਾ ਹੈ ਤੇ ਮੇਰਾ ਜਿਹੜਾ ਪਿੰਡ ਹੈ ਨਾ ਉਹ ਚਹਿਲ ਕਲਾਂ ਹੈ ਤੁਸੀਂ ਉੱਥੇ ਆਓ ਤੇ ਮੈਂ ਤੁਹਾਨੂੰ ਜਿਹੜਾ ਤੁਸੀਂ ਲੱਖਾਂ ਲਾ ਕੇ ਵੀ ਇੰਜ ਦਾ ਖਾਣਾ ਉੱਥੇ ਨਹੀਂ ਨਾ ਖਾ ਸਕੋਗੇ ਇੱਥੇ ਮੈਂ ਤੁਹਾਨੂੰ ਸਿਰਫ 10,000 ਦੇ ਵਿੱਚ ਓਏ ਹੋਏ ਮੈਂ ਤੁਹਾਨੂੰ ਪਿੰਡ ਮੂਸੇ ਦੀ ਸੈਰ ਕਰਾਵਾਂਗਾ ਤੇ ਮੈਂ ਤੁਹਾਨੂੰ ਮੂਸੇ ਤੋਂ ਇਲਾਵਾ ਇੱਥੇ ਨਾੜੇ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਹੀ ਹੈ ਉੱਥੇ ਲੈ ਜਾਵਾਂਗਾ ਇੱਥੇ ਪਾਟਾਂ ਦੇ ਵਿੱਚ ਮਾਵਾ ਫੜਾਵਾਂਗਾ ਤੇ ਅਸੀਂ ਇਤਨਾ ਕਹਾਂਗਾ ਕਿ ਕਰਾਚੀ ਜਾਵਾਂਗਾ ਜਿੱਥੇ ਸਮੁੰਦਰ ਦੇ ਬੰਨੜ ਗਾਤੇ ਉੱਥੇ ਆਪਾਂ ਇਕੱਠੇ ਮਿਲ ਕੇ ਉੱਥੇ ਦਾਵਤ ਹੋਏਗੀ ਉੱਥੇ ਸਮੁੰਦਰ ਦੇ ਕੋਲ ਹੀ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਵੀ ਨਹੀਂ ਹੋਏਗੀ ਨਾ ਉਹ ਚੀਜ਼ ਤੁਹਾਡੇ ਸਾਹਮਣੇ ਰੱਖਾਂਗਾ ਮਤਲਬ ਵਾਧੂ ਖਾਣਾ ਵਾਧੂ ਖਾਣਾ ਅੱਛਾ ਉਹਨੂੰ ਦੱਸ ਸਿੱਧੂ ਮੂਸੇਵਾਲੇ ਨੂੰ ਦੱਸ ਕਿ ਤੈਨੂੰ ਪਾਕਿਸਤਾਨ 'ਚ ਬਹੁਤ ਲੋਕ ਲਵ ਕਰਦੇ ਆ ਦੱਸ ਹੁਣ ਲਵ ਜੀ ਮੈਂ ਜਿੰਨਾ ਕਰਦਾ ਵਾ ਉਹਨਾਂ ਤੋਂ ਕੋਈ ਵੀ ਨਹੀਂ ਕਰਦਾ ਦੂਜੇ ਜਿਹੜੇ ਲੋਕ ਨੇ ਧਰਮਿੰਦਰ ਸਿੰਘ ਇੰਡੀਆ ਨੂੰ ਲਾਈਕ ਕਰਦੇ ਨੇ ਪਰ ਜੀ ਮੈਂ ਤੁਹਾਡਾ ਇੰਨਾ ਕੁ ਫੈਨ ਆ ਮੇਰਾ ਅੱਧਾ ਦਿਲ ਨਾ ਮੇਰੇ ਮਾਂ-ਬਾਪ ਨੇ ਤੇ ਅੱਧਾ ਦਿਲ ਅੱਛਾ ਅਗਰ ਸਿੱਧੂ ਮੂਸੇਵਾਲਾ ਪਾਕਿਸਤਾਨ ਨਹੀਂ ਆਇਆ ਫਿਰ ਕੀ ਧਮਕੀ ਉਹਨੂੰ ਧਮਕੀ ਤੇ ਕੋਈ ਨਹੀਂ ਜੀ ਮੇਰੇ ਗੁਰੂ ਤੋਂ ਵੀ ਵੱਧ ਨੇ ਪਰ ਮੇਰਾ ਦਿਲ ਇੱਕ ਹੋਰ ਟੁੱਟ ਜਾਏਗਾ ਤੁਹਾਡਾ ਦਿਲ ਆਏ ਹਾਏ ਮਿਲਣਾ ਚਾਹੀਦਾ ਉਹਨੂੰ ਆਉਣਾ ਚਾਹੀਦਾ ਪਾਕਿਸਤਾਨ ਜੇ ਤੇਰੀ ਗੱਲ ਦੇ ਉੱਪਰ ਨਹੀਂ ਨਾ ਆਇਆ ਤੇ ਮੈਂ ਕਿਉਂ ਨਾ ਉਹਨਾਂ ਕੋਲ ਪਹੁੰਚਵਾਂਗਾ ਮੇਰੇ ਕੋਲ ਕਿਹੜਾ ਕੋਈ ਪੈਸਾ ਨਹੀਂ ਹੈ 2,00,000 ਦਾ ਟਿਕਟ ਲਵਾਂਗਾ ਪਹੁੰਚਵਾਂਗਾ ਬਸ ਮੈਨੂੰ ਪਤੇ ਦਾ ਨਹੀਂ ਨਾ ਪਤਾ ਥੋੜੇ ਪੰਜਾਬ ਦੇ ਵਿੱਚੋਂ ਕਿੱਥੇ ਲੱਭਾਂਗਾ ਕਿੱਥੇ ਲੱਭੇਗਾ ਤੇ ਜੇ ਤੈਨੂੰ ਪਤਾ ਲੱਭ ਜਾਵੇ ਫੇਰ ਪਹੁੰਚ ਜਾਏਗਾ ਜੀ ਮੈਂ ਉਹਦੇ ਕੋਲ ਲੰਮੀ ਦੇ ਵਿੱਚ ਬਹਿ ਕੇ ਜਾਵਾਂਗਾ ਗਾਜੀਆਂ ਬਾਜੀਆਂ ਦੇ ਨਾਲ ਹਾਰ ਪਾਵਾਂਗਾ ਪੈਸਿਆਂ ਦਾ ਖਾਧਾ ਪੀਤਾ ਆਪਣੇ ਲੋਕ ਉੱਥੇ ਬਸ ਵੇਖੋ ਮੈਂ ਮੇਰੇ ਦੋ ਦਿਲ ਨੇ ਵੈਸੇ ਹੈ ਤੇ ਇੱਕੋ ਬੰਦੇ ਦਾ ਇੱਕ ਹੁੰਦਾ ਪਰ ਮੇਰੇ ਦੋ ਨੇ ਇੱਕ ਦੇ ਵਿੱਚ ਮੇਰੇ ਮਾਂ ਬਾਪ ਤੇ ਇੱਕ ਦੇ ਵਿੱਚ ਅੱਧਾ ਸਿੱਧੂ ਮੂਸੇਵਾਲਾ ਤੇ ਅੱਧਾ ਅਮਰੀਕਾ ਤੇ ਜਿਹੜਾ ਪਾਕਿਸਤਾਨ ਹੈ ਨਾ ਉਹਦੇ ਲਈ ਦਿਲ ਵੀ ਉਹਦੇ ਲਈ ਆ ਗੁਰਦੇ ਸਾਲੀ ਨਾਲੀ ਸਭ ਤੇ ਮੈਨੂੰ ਇਹਨਾਂ ਜਾਂ ਜੀ ਉਹਦੇ ਸਿੱਧੂ ਮੂਸੇਵਾਲੇ ਜੀ ਦੇ ਸਟਾਈਲ ਨੇ ਐ ਤੂੰ ਸਕੂਲ ਕਿਹੜੇ ਪੜ੍ਹਦਾ
ਸਕੂਲ ਕਿਹੜਾ ਜੀ ਮੈਂ ਪਿੰਡ ਦੇ ਵਿੱਚ ਨਾ ਬੜਾ ਵੱਡਾ ਸਾਡਾ ਸਕੂਲ ਹੈ ਅਲਬਰਕਾਤ ਮਾਡਲ ਹਾਈ ਸਕੂਲ ਤੇ ਉਹ ਤੇਰੇ ਨੂੰ ਤੰਗ ਤੇ ਨਹੀਂ ਸਕੂਲ ਵਾਲੇ ਸਕੂਲ ਵਾਲੇ ਤੇ ਨਹੀਂ ਤੰਗ ਪਰ ਮੈਂ ਸਕੂਲ ਆਂ ਤੂੰ ਸਕੂਲ ਵਾਲੇ ਨੂੰ ਤੰਗ ਕਿਉਂ ਜੀ ਇਸ ਲਈ ਤੰਗ ਇੰਨੇ ਇੰਨੇ ਕਿਤਾਬਾਂ ਦੇ ਆਂਦੇ ਨਾ ਸੀ ਨਾ ਅਗਰ ਸਿਲੇਬਸ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਸ਼ਾਮਲ ਕਰ ਦਿੱਤਾ ਜਾਵੇ ਫਿਰ ਠੀਕ ਆ ਜੀ ਫਿਰ ਤੇ ਮੈਂ ਇੰਨਾ ਕੁ ਪੜਾ ਮੇਰੇ ਸਾਰੇ ਆ ਜਿਹੜੀ ਬੋਲਣ ਵਾਲੀ ਨਾਲੀ ਨਾ ਫੜ ਜੇ ਵੇ ਅੱਛਾ ਇੰਨਾ ਕੁ ਪੜਾ ਜੇ ਸਿੱਧੂ ਮੂਸੇ ਵਾਲਾ ਵਿੱਚ ਕਿਸਮਤ ਵਿੱਚ ਜੋ ਲਿਖਿਆ ਹੋਇਆ ਉਹ ਤਾਂ ਮੰਨਿਆ ਤਾਂ ਲੇਕਿਨ ਮੇਰਾ ਸ਼ੌਕ ਤੇ ਆ ਵੇ ਕਿ ਮੈਂ ਨਾ ਵਜ਼ੀਰ-ਏ-ਆਜ਼ਮ ਬਣ ਜੇ ਜੇ ਨਾ ਹੋ ਸਕੇ ਤੇ ਜੱਜ ਜੱਜ ਖੁਆਇਸ਼ਾਂ ਤੇ ਬਹੁਤ ਸੋਹਣੀਆਂ ਨੇ ਤੇਰੀਆਂ ਹੋ ਜਾਣ ਹੋ ਸਕੇ ਤੇ ਇੱਥੇ ਦਾ ਕੋਈ ਮੇਜਰ ਕਰਨਲ ਬ੍ਰਿਗੇਡੀਅਰ ਇਹ ਪੰਜਵਾਂ ਪਾਕਿਸਤਾਨ ਦੇ ਵਿੱਚ ਹੀ ਅਫਸਰ ਮਤਲਬ ਛੋਟੀ ਗੱਲ ਕੋਈ ਨਹੀਂ ਹਾਂ ਛੋਟੀ ਗੱਲ ਕੋਈ ਨਹੀਂ ਜੇ ਫਿਰ ਵੀ ਨਾ ਬਣਿਆ ਤੇ ਫਿਰ ਸਿੰਗਰ ਤੇ ਤੂੰ ਬਣ ਹੀ ਜਾਏਗਾ ਹਾਂ ਜੀ ਸਿੰਗਰ ਤੇ ਸਭ ਤੋਂ ਛੋਟੀ ਗੱਲ ਤੇ ਹੋਈ ਹੈ ਲੋ ਜੀ ਹਮਜ਼ਾ ਨਾਲ ਅਸੀਂ ਗੱਲਬਾਤ ਕੀਤੀ ਔਰ ਇਸ ਉਮਰ ਦੇ ਵਿੱਚ ਇੰਨਾ ਮਚੋਰ ਔਰ ਇਤਨੀਆਂ ਖੂਬਸੂਰਤ ਗੱਲਾਂ ਕਿ ਮੈਂ ਮੈਨੂੰ ਪਰੇਸ਼ਾਨ ਕਰਤਾ ਕਿ ਮੈਂ ਇਹਦੇ ਕੋਲ ਸਵਾਲ ਕੀ ਪੁੱਛਾਂ ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਪੇਰੈਂਟਸ ਦੇ ਜ਼ਰੀਏ ਵਾਲਦੈਨ ਦੇ ਜ਼ਰੀਏ ਜਿਹੜੇ ਵਾਲਦੈਨ ਆਪਣੇ ਬੱਚਿਆਂ ਦੀ ਤਰਬੀਅਤ ਕਰਦੇ ਨੇ ਉਹ ਇਹਨਾਂ ਬੱਚਿਆਂ ਦੇ ਵਿੱਚ ਨਜ਼ਰ ਆਉਂਦਾ ਸੋ ਅਸੀਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਅਗਰ ਜੋ ਅਸੀਂ ਵੀਡੀਓਜ਼ ਵੀ ਬਣਾਉਂਦੇ ਹਾਂ ਉਹ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਉਣ ਵਾਲੀ ਪੀੜ੍ਹੀ ਬੱਚੇ ਵੇਖਣ ਅਤੇ ਤੁਹਾਡੇ ਸਾਹਮਣੇ ਹੈ ਕਿ ਇਸ ਬੱਚੇ ਨੂੰ ਇਹਦੇ ਵਾਲਦੈਨ ਨੇ ਬਿਲਾ ਕਿਸੇ ਤਾਸੁਬ ਤੋਂ ਇਹਦਾ ਨਾਮ ਕੇਅਰ ਸਿੰਘ ਰੱਖਿਆ ਸਿਰਫ ਇਸ ਕਰਕੇ ਕਿ ਇਹਦੇ ਵਾਲਦੈਨ ਦੇ ਇਹਦੇ ਪੇਰੈਂਟਸ ਦੇ ਦਾਦਾ ਦਾਦਿਆਂ ਦੇ ਜਿਹੜੇ ਰਿਲੇਸ਼ਨ ਸਨ ਉਹ ਸਿੱਖਾਂ ਨਾਲ ਸੀ ਬੇਸ਼ੱਕ ਉਹ ਸਿੱਖ ਨਹੀਂ ਰਹੇ ਬੇਸ਼ੱਕ ਇਹਨਾਂ ਦੇ ਪੇਰੈਂਟਸ ਜਿਹੜੇ ਨੇ ਦਾਦਾ ਜੀ ਨੇ ਜਾਂ ਪਰਦਾਦਾ ਜੀ ਨੇ ਉਹ ਨਹੀਂ ਰਹੇ ਲੇਕਿਨ ਅੱਜ ਵੀ ਇਹਨਾਂ ਦੇ ਡੈਡੀ ਦਾ ਨਾਮ ਬੜੇ ਹੀ ਖੁਸ਼ ਅਖਲਾਕੀ ਨਾਲ ਇਹਦੇ ਜਿਹੜੇ ਡੈਡੀ ਦਾ ਨਾਂ ਸੀ ਉਹ ਦਿਆਲ ਸਿੰਘ ਰੱਖਿਆ ਗਿਆ ਸੀ ਹਾਲਾਂਕਿ ਉਹ ਮੁਸਲਿਮ ਘਰਾਣੇ ਦੇ ਵਿੱਚ ਪੈਦਾ ਹੋਏ ਸਨ ਪਰ ਬੱਚੇ ਦਾ ਨਾਂ ਕੇਅਰ ਸਿੰਘ ਰੱਖਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬੱਚੇ ਦੀ ਤਰਬੀਅਤ ਕਿਸ ਅੰਦਾਜ਼ੇ ਨਾਲ ਕੀਤੀ ਗਈ ਅਗਰ ਇਹੀ ਉਹ ਸਾਂਝਾ ਨੇ ਅਗਰ ਦੋਵੇਂ ਪਾਸੇ ਅਸੀਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਇਹ ਗੱਲਾਂ ਦੱਸਾਂਗੇ ਅਤੇ ਇਸ ਬੱਚੇ ਵਰਗਾ ਮਾਹੌਲ ਜਿਹੜਾ ਹੈ ਉਹ ਬਾਕੀ ਘਰਾਂ 'ਚ ਵੀ ਹੋਏਗਾ ਉੱਧਰ ਵਾਲੇ ਬੱਚੇ ਵੀ ਕਹਿਣਗੇ ਕਿ ਅਸੀਂ ਉੱਡ ਕੇ ਜਾਈਏ ਨਨਕਾਣਾ ਸਾਹਿਬ ਅਸੀਂ ਉੱਡ ਕੇ ਜਾਈਏ ਆਪਣੇ ਪਿੰਡਾਂ ਨੂੰ ਜਿਸ ਤਰ੍ਹਾਂ ਇਸ ਬੱਚੇ ਦਾ ਸ਼ੌਕ ਹੈ ਅਤੇ ਇਹਨਾਂ ਬੱਚਿਆਂ ਦੀ ਔਰ ਬਜ਼ੁਰਗਾਂ ਦੀ ਮੁਨਾਸਬਤ ਦੇ ਨਾਲ ਹੀ ਅਸੀਂ ਜਿਹੜੀ ਰੈਲੀਵੈਂਟ ਅਥਾਰਟੀਜ਼ ਨੇ ਉਹਨਾਂ ਨੂੰ ਵੀ ਇਹ ਦੱਸਦੇ ਹਾਂ ਕਿ ਇਹ ਪਿਆਰ ਜਿਹੜਾ ਹੈ ਉਹ ਇਸ ਤਰ੍ਹਾਂ ਹੀ ਰਹੇ ਔਰ ਆਉਣ ਜਾਣ ਦੀ ਜਿਹੜੀ ਇੱਕ ਰਸਤਾ ਹੈ ਉਹਨੂੰ ਹੋਰ ਆਸਾਨ ਕੀਤਾ ਜਾਵੇ ਯਾਰ ਵਾਕਈ ਬੜਾ ਸਿਆਣਾ ਬੱਚਾ ਸੀਗਾ ਕਿੰਨਾ ਉਹਨੂੰ ਨਾ ਦੱਸਿਆ ਗਿਆ ਪੇਰੈਂਟਸ ਵੱਲੋਂ ਕਿ ਬੜਾ ਵਧੀਆ ਹੈ ਨਾ ਕੰਮ ਕਰਦਾ ਜਦੋਂ ਪੇਰੈਂਟਸ ਦੱਸਦੇ ਆਪਣੇ ਬੱਚਿਆਂ ਨੂੰ ਆਪਣੇ ਪਾਸਟ ਦੇ ਬਾਰੇ ਜਾਂ ਕੁਛ ਚੰਗੀਆਂ ਗੱਲਾਂ ਸਿਖਾਉਂਦੇ ਆ ਤਾਂ ਬੱਚੇ ਸਿੱਖਦੇ ਆ ਨਜ਼ਰ ਆਉਂਦੀਆਂ ਬੱਚਿਆਂ 'ਚ ਤਰੀਕੇ ਦੇ ਨਾਲ ਹਨਾ ਕਹਿੰਦਾ ਵੀ ਮੇਰਾ ਦਿਲ ਕਰਦਾ ਮੈਂ ਉੱਡ ਕੇ ਚੱਲ ਜਾ ਹਨਾ ਕਿੰਨਾ ਨਿਕਲਦੀ ਸੀ ਕਿਵੇਂ ਉਹਦੇ ਨਾ ਅੰਦਰ ਘੇਰ ਪੈ ਬਾਹਰ ਨੂੰ ਚੀਜ਼ ਆਉਂਦੀ ਹੈ ਹਾਂ ਬਹੁਤ ਬਹੁਤ ਵਧੀਆ ਮਤਲਬ ਫਿਰ ਨੌਲੇਜ ਵੇਖਦੀ ਹਨਾ ਕਹਿੰਦਾ ਸਕੂਲ ਤੋਂ ਤਾਂ ਮੈਂ ਤਾਂ ਗਿਆ ਬਹੁਤ ਕਿਊਟ ਸੀ ਹਨਾ ਬਹੁਤ ਪਿਆਰਾ ਤੇ ਬਹੁਤ ਸੋਹਣੀਆਂ ਗੱਲਾਂ ਬੜੀਆਂ ਮਤਲਬ ਜਜ਼ਬਾਤਾਂ ਨੂੰ ਜਿਹੜੀ ਆ ਉਹ ਹਨਾ ਝੰਜੋੜ ਕੇ ਰੱਖ ਦੇਣ ਵਾਲੀਆਂ ਗੱਲਾਂ ਹਨਾ ਸਿੰਗਰ ਬਣਨਾ ਦੇ ਉਹ ਤਾਂ ਸਭ ਤੋਂ ਨੀਚੇ ਵਾਲੀ ਗੱਲ ਹੈ ਉਹ ਤੇ ਵੜਦੇ ਪਿਆ ਹਨਾ ਸਿੰਗਰ ਬਣਨਾ ਤੇ ਵੜਦੇ ਪਿਆ ਕਹਿੰਦਾ ਉਹ ਮੈਂ ਬਣ ਹੀ ਜਾਣਾ ਹਨਾ ਸਿੱਧੂ ਮੂਸੇ ਵਾਲੇ ਦਾ ਫੈਨ ਹਾਂ ਸਿੰਗਰ ਤੇ ਬਣ ਹੀ ਜਾਊਗਾ ਕਹਿੰਦਾ ਪਰ ਮੇਨ ਗੱਲ ਇਹ ਆ ਕਿ ਮੈਂ ਮਤਲਬ ਜੇ ਸਿੱਧੂ ਮੂਸੇ ਵਾਲੇ ਦਾ ਸਕੂਲ ਦੇ ਵਿੱਚ ਸਿਲੇਬਸ ਆ ਜੇ ਨਾ ਤੇ ਕਹਿੰਦਾ ਮੈਂ ਪ੍ਰਧਾਨ ਮੰਤਰੀ ਬਣ ਜਾਊਗਾ ਮੇਰੇ ਵਾਂਗੂ ਸੀ ਤੂੰ ਵੇਖ ਲੈ ਤੇਰੇ ਵਰਗੇ ਫੈਨ ਕਿੰਨੇ ਬੈਠੇ ਆ ਨਾ ਕਿੰਨੇ ਕਿੰਨੇ ਫੈਨ ਆ ਹਨਾ ਤੇ ਬਹੁਤ ਸੋਹਣਾ ਬੜਾ ਬਹੁਤ ਵਧੀਆ ਮਤਲਬ ਬਹੁਤ ਇੰਜੋਏ ਕੀਤਾ ਪਤਾ ਹੀ ਨਹੀਂ ਲੱਗਾ ਮਤਲਬ ਪਤਾ ਨਹੀਂ ਹੁਣ 15 ਮਿੰਟ ਦੀ ਵੀਡੀਓ ਸੀ 10 ਮਿੰਟ ਦੀ ਵੀਡੀਓ ਹੈ ਤੇ ਇਹਨਾਂ ਸਾਨੂੰ ਕਮੈਂਟ ਕੀਤਾ ਸੀ ਕਿਸੇ ਪਾਕਿਸਤਾਨ ਤੋਂ ਕਿਸੇ ਵੀਰ ਨੇ ਦੱਸਿਆ ਸੀਗਾ ਤੇ ਥੈਂਕਸ ਕਰਦਾ ਸੀ ਉਹਨਾਂ ਨੂੰ ਕਿ ਉਹਨਾਂ ਦੀ ਬਦੌਲਤ ਅਸੀਂ ਆ ਵਾਲੀ ਵੀਡੀਓ ਦੇਖ ਪਾਏ ਤੇ ਉਹ ਨਾਲੇ ਕਹਿੰਦਾ ਕਿ ਮੈਂ ਉੱਥੋਂ ਉਹ ਇੱਕ ਵਾਰੀ ਆਈ ਤਾਂ ਸਹੀ ਮੈਂ ਉਹਦੇ ਲਈ ਬਰਿਆਨੀ ਪਤਾ ਨਹੀਂ ਕੀ ਕੁਛ ਕਹਿ ਗਿਆ ਮੇਰੇ ਦਿਮਾਗ ਚ ਆ ਗਈ ਖਾਣ ਵਾਲੀਆਂ ਚੀਜ਼ਾਂ ਹਨਾ ਤੇ ਮਤਲਬ ਜੋ ਇੱਕ ਬੱਚੇ ਦੇ ਹਨਾ ਕਹਿੰਦਾ ਕੋ ਪੈਸਾ ਬਹੁਤ ਮੈਂ ਤਾਂ ਉੱਥੇ ਪਹੁੰਚ ਹੀ ਜਾਊਂਗਾ ਕਹਿੰਦਾ ਕਹਿੰਦਾ ਹੁਣ ਆਇਆ ਤਾਂ ਮੈਂ ਪਹੁੰਚ ਜਾਊਂਗਾ ਮੇਰੇ ਕੋਲ ਬਥੇਰਾ ਪੈਸਾ ਕਹਿੰਦਾ ਨਹੀਂ ਕਹਿੰਦਾ ਮੈਂ ਕੋ ਕਿਹੜਾ ਪੈਸਾ ਨਹੀਂ ਹੈ ਮੈਂ ਉੱਥੇ ਜੇ ਉਹ ਨਾ ਆਇਆ ਮੈਂ ਉੱਥੇ ਚਿਲ ਜਾਊਂਗਾ ਬਹੁਤ ਵਧੀਆ ਬਹੁਤ ਕਿਊਟ ਸਿੱਧੂ ਮੂਸੇ ਵਾਲੇ ਵੈਸੇ ਜਾਣਾ ਚਾਹੀਦਾ ਮੈਨੂੰ ਹਾਂ ਔਰ ਸਿੱਧੂ ਮੂਸੇ ਵਾਲੇ ਸਾਡੇ ਵੱਲੋਂ ਵੀ ਅਪੀਲ ਆ
ਤੇ ਜਾਣਾ ਚਾਹੀਦਾ ਯਾਰ ਇੰਨਾ ਉਹਦਾ ਜਿਹੜਾ ਮਨ ਹੈ ਨਾ ਹਨਾ ਵੀ ਇਹੋ ਜਿਹੇ ਫੈਨ ਲੱਭਣੇ ਕਿਤੇ ਸੌਖੇ ਆ ਜਿਵੇਂ ਬੱਚਾ ਸੀ ਨਾ ਉਹਦੇ ਨਿਕਲ ਉਹ ਪਤਾ ਲੱਗਦਾ ਸੀਗਾ ਕਿਵੇਂ ਉਹਦੇ ਦਿਲ ਚੋਂ ਨਿਕਲਦੀਆਂ ਵਲਵਲੇ ਨਿਕਲਦੇ ਉਹਦੇ ਅਸਲ 'ਚ ਜਜ਼ਬਾਤ ਜਿਹੜੇ ਆ ਨਾ ਉਹ ਮਤਲਬ ਮੇਰੇ ਖਿਆਲ ਦੇ ਵਿੱਚ ਤਾਂ ਜਿਹੜਾ ਜ਼ਰੂਰ ਆ ਸਿੱਧੂ ਮੂਸੇਵਾਲੇ ਤੱਕ ਜੇ ਪਹੁੰਚੀ ਹੈ ਨਾ ਕੋਵਿਡ ਕਰਕੇ ਵੀ ਮੇਰੇ ਹਿਸਾਬ ਨਾਲ ਹੁਣ ਤੱਕ ਉਹ ਬੇਸ਼ੱਕ ਭਾਵੇਂ ਉਹ ਮਿਲ ਹੀ ਹੁੰਦਾ ਹੈ ਨਾ ਪਰ ਕੋਵਿਡ ਦਾ ਕਦੇ ਦਾਦੇ ਪਰਦਾਦੇ ਹੈ ਨਾ ਮਤਲਬ ਕਿ ਜਦੋਂ ਉਹਨਾਂ ਦੀ ਪਿਛਲੀ ਪੀੜ੍ਹੀ ਜਿਹੜੀ ਇੱਥੇ ਆਪਣੇ ਜਲੰਧਰ ਦੇ ਲਾਗੇ ਰਹੇ ਸੀਗੇ ਮਾਈਗ੍ਰੇਟ ਹੋਣ ਤੋਂ ਪਹਿਲਾਂ ਬੱਚੇ ਨੂੰ ਕਿੰਨਾ ਪਤਾ ਹੈ ਨਾ ਇਸ ਚੀਜ਼ ਦਾ ਕਿੰਨਾ ਪੇਰੈਂਟਸ ਦਾ ਕਿੰਨਾ ਵੱਡਾ ਉਦਮ ਹੈ ਕਿ ਉਹਨਾਂ ਨੇ ਬੱਚੇ ਨੂੰ ਨਿੱਕੀ ਨਿੱਕੀ ਗੱਲ ਦੱਸੀ ਆ ਤੇ ਇਹਨਾਂ ਪਿੰਡ ਦਾ ਨਾਮ ਤੱਕ ਵੇਖ ਲਓ ਪਤਾ ਹੈ ਕਹਿੰਦਾ ਕਿਵੇਂ ਹੋ ਕੇ ਆਉਣਾ ਮੇਰਾ ਦਿਲ ਕਰਦਾ ਨਾ ਕਿੰਨਾ ਵਧੀਆ ਬਹੁਤ ਵਧੀਆ ਲੱਗਾ ਉਹ ਬੀਬੀ ਲੱਗੇ ਸਿਰ ਉਹ ਕਹਿੰਦੇ ਬਸ ਕਰ ਦਾਦੀ ਸਿਰ ਵੜ ਕੇ ਬੈਠੀ ਕੀ ਦੀ ਬਸ ਕਰ ਦੇ ਸੋ ਫਰੈਂਡਸ ਤੁਹਾਨੂੰ ਅਗਰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਆਈ ਹੋਪ ਪਸੰਦ ਤੇ ਆਏਗੀ ਇੰਨਾ ਕਿਊਟ ਬੱਚਾ ਸੀਗਾ ਤੇ ਇੰਨੀਆਂ ਵਧੀਆ ਗੱਲਾਂ ਕਰਦਾ ਪਿਆ ਸੀ ਪਰੇ ਵੀ ਮੀਨਸ ਮੇਰਾ ਹਲੇ ਤੱਕ ਹਾਸਾ ਨਹੀਂ ਰੁਕਿਆ ਗੱਲਾਂ ਬਹੁਤ ਸਵੀਟ ਗੱਲਾਂ ਸੀ ਮੈਂ ਤੇ ਦੁਬਾਰਾ ਇੱਕ ਵਾਰੀ ਫਿਰ ਦੇਖਾਂਗੀ ਵੀਡੀਓ ਤੇ ਸੋ ਫਰੈਂਡਸ ਅਗਰ ਤੁਸੀਂ ਸਾਡੇ ਚੈਨਲ ਤੇ ਨਏ ਹੋ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ